ਅਗਲੀ ਹੌਲਵਾ ਚਲਿਏ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਹੋਣਾ ਨੇ ਇਹ ਕਿਹਾ ਪਈ ਉਹ 40 ਮਿਲੀਅਨ ਡਾਲਰ ਡਿਸਟ੍ਰਿਬਿਊਟ ਕਰਨ ਜਾ ਰਹੇ ਆ ਤਾਂ ਕਿ ਉਹਨਾਂ ਦੇ ਨਾਲ ਈਵੀ ਦੇ ਜਿਹੜੇ ਆ ਇਲੈਕਟ੍ਰਿਕ ਵਹੀਕਲ ਦੇ ਫਾਸਟ ਚਾਰਜਰ ਆ ਉਹ ਸਟੇਸ਼ਨ ਬਣਾਏ ਜਾ ਸਕਣ 270 ਦੇ ਕਰੀਬ ਇਲੈਕਟ੍ਰਿਕ ਵਹੀਕਲ ਫਾਸਟ ਚਾਰਜਰਸ 26 ਸਾਈਟਸ ਜਿਹੜੇ ਆ ਵੱਖ-ਵੱਖ ਹਾਈਵੇਜ਼ ਦੇ ਦੌਰਾਨ ਉੱਥੇ ਬਣਾਏ ਜਾਣਗੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਇਨਵੈਸਟਮੈਂਟ ਤੇ ਜੋਬ ਐਕਟ ਦੇ ਤਹਿਤ Uh, 380 ਮਿਲੀਅਨ ਡਾਲਰ ਮਿਲਿਆ ਸੀ ਜਿਹਦੇ ਨਾਲ 6600 ਮੀਲ ਇਲੈਕਟ੍ਰਿਕ ਵਹੀਕਲ ਕੋਰੀਡੋਰਸ ਤੇ ਐਟ ਲੀਸਟ 4 ਫਾਸਟ ਚਾਰਜਰਸ ਐਵਰੀ 50 ਮਾਈਲਸ ਇਹ ਸੈਟਅਪ ਕੀਤੇ ਜਾਣਗੇ 10 ਮਿਲੀਅਨ ਡਾਲਰ ਸਟੇਟ ਫੰਡਿੰਗ ਫॉर ਜ਼ੀਰੋ emission ਕਾਰਸ ਟਰੱਕ ਤੇ ਬੱਸਸਿਸ ਦੇ ਲਈ ਜਿਹੜੀ ਰੱਖੀ ਗਈ ਹੈਗੀ ਆ ਸੋ ਜੋ ਲੋਕ ਉਹਨਾਂ ਇਲੈਕਟ੍ਰਿਕ ਵਹੀਕਲਸ ਲੈਣਗੇ ਉਹਨਾਂ ਦੇ ਲਈ ਜਿਹੜੇ ਚਾਰਜਰ ਆ ਉਹ ਕਾਫੀ ਜ਼ਿਆਦਾ ਆਉਣ ਵਾਲੇ ਸਮੇਂ 'ਚ ਵੰਣ ਜਾਣ ਰਹੇ ਹੈਗੇ ਜੀ ਕੈਲੀਫੋਰਨੀਆ ਦੀ ਐਗਰੀਕਲਚਰ ਇੰਡਸਟਰੀ ਐਸ ਟਾਈਮ ਕਹਿੰਦੇ ਆ ਅੰਡਰ ਅਟੈਕ ਹੋ ਸਕਦੀ ਆ ਇੱਕ ਬਹੁਤ ਹੀ ਇਨਵੇਸਿਵ ਫਲਾਈ ਮੱਖੀ ਜਿਹੜੀ ਆ ਉਹ ਕੈਲੀਫੋਰਨੀਆ ਦੀ ਐਗਰੀਕਲਚਰ ਇੰਡਸਟਰੀ ਨੂੰ ਡੈਸੀਮੇਟ ਯਾਨੀ ਕਿ ਨਸ਼ਟ ਕਰ ਸਕਦੀ ਆ ਇਹ ਜਿਹੜੀਆਂ ਦੋ ਕੁਈਨਜ਼ਲੈਂਡ ਦੀਆਂ ਫਰੂਟ ਫਲਾਈਜ਼ ਰੀਸੈਂਟਲੀ ਵੈਂਚੂਰਾ ਕਾਉਂਟੀ ਦੇ ਵਿੱਚ ਦੇਖੀਆਂ ਗਈਆਂ ਹੈਗੀਆਂ ਆ ਕਹਿੰਦੇ ਵੀ ਇਹ ਤੀਸਰੀ ਡਿਸਕਵਰੀ ਹੋਈ ਹੈ ਬਹੁਤ ਹੀ ਇਨਵੇਸਿਵ ਤੇ ਡਿਸਟਰਕਟਿਵ ਫਰੂਟ ਫਲਾਈ ਦੀ ਐਲਏ ਇਲਾਕੇ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਚ 76 ਸਕਰ ਮੀਲ ਦਾ ਇਲਾਕਾ ਇਸ ਨੂੰ ਅੰਡਰ ਕੁਆਰੰਟੇਨ ਰੱਖਿਆ ਗਿਆ ਆ ਅਕਤੂਬਰ 23 ਤੋਂ ਕুইਨਜ਼ਲੈਂਡ ਦੀ ਫਲਾਈਜ਼ ਜਿਹੜੀਆਂ ਆ ਕਹਿੰਦੇ ਵੀ ਪਹਿਲਾਂ 1000 Oaks ਦੇ ਇਲਾਕੇ ਦੇ ਵਿੱਚ ਰੈ residențial ਇਲਾਕੇ ਚ ਦੇਖੀਆਂ ਗਈਆਂ ਸੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ ਨੇ ਦੱਸਿਆ ਹੈਗਾ ਕਹਿੰਦੇ ਵੀ ਇਹ ਫਰਸਟ ਅਫੀਸ਼ੀਅਲ ਕੁਆਰੰਟੇਨ ਆ ਨਾਰਥ ਅਮਰੀਕਾ ਚ ਇਸ ਪੈਸਟ ਦੇ ਕਰਕੇ ਕਹਿੰਦੇ ਵੀ ਇਹ ਜਿਹੜੀ ਕੁਈਨਜ਼ਲੈਂਡ ਆਸਟ੍ਰੇਲੀਆ ਦੀ ਨੇਟਿਵ ਆ ਇਹਦੇ ਨਾਮ ਤੋਂ ਹੀ ਜਿਹੜਾ ਇਹ ਚੀਜ਼ ਪਤਾ ਲੱਗਦਾ ਆ ਕਿੰਨੇ ਵੀ ਕੈਲੀਫੋਰਨੀਆ ਦੇ ਵਿੱਚ ਐਗਰੀਕਲਚਰ ਕਰਾਈਸਿਸ ਇਸ ਦੇ ਕਰਕੇ ਹੋਰ ਵੱਧ ਸਕਦਾ ਹੈ ਵੈਂਚੂਰਾ ਕਾਉਂਟੀ ਦੇ ਐਗਰੀਕਲਚਰ ਕਮਿਸ਼ਨਰ ਕੌਰਿਨ ਬੈਲ ਉਹਨਾਂ ਨੇ ਅੱਜ ਇਸ ਬਾਬਤ ਪੱਤਰਕਾਰਾਂ ਨੂੰ ਸੰਬੋਧਨ ਹੋ ਕੇ ਜਿਹੜਾ ਉਹ ਦੱਸਿਆ ਕਿੰਨੇ ਵੀ ਇਸ ਫਰੂਟ ਫ्लाई ਦੇ ਕੱਲੇ ਕਰਕੇ ਜੇ ਇਹ ਫੈਲ ਜਾਂਦੀ ਹੈ ਇੰਨੀ ਜ਼ਿਆਦਾ ਇਨਵੇਸਿਵ ਆ ਵੀ 2 ਬਿਲੀਅਨ ਡਾਲਰ ਦੀ ਜਿਹੜੀ ਇਕਨੋਮਿਕ ਐਕਟੀਵਿਟੀ ਆ ਐਗਰੀਕਲਚਰ ਆ ਐਗਰੀ ਟੂਰਿਜ਼ਮ ਆ 25 ਹਜ਼ਾਰ ਜੌਬਾਂ ਆ 6000 ਇਨਡਾਇਰੈਕਟ ਜੌਬਸ ਆ ਉਹਨਾਂ ਉੱਤੇ ਸਿੱਧਾ ਅਸਰ ਪਵੇਗਾ ਸੈਂਟਾ ਕਲੈਰੀਟਾ ਵੈਲੀ ਦਾ ਇੱਕ ਵੱਡਾ ਹਿੱਸਾ ਜੁਲਾਈ ਮਹੀਨੇ ਦੇ ਵਿੱਚ ਉਸਨੂੰ ਕੁਆਰੰਟਾਈਨ ਦੇ ਵਿੱਚ ਰੱਖਿਆ ਗਿਆ ਸੀਗਾ ਜਦੋਂ ਉੱਥੇ ਟਾਊ ਫਰੂਟ ਫਲਾਈਜ਼ ਜਿਹੜੀਆਂ ਡਿਟੈਕਟ ਕੀਤੀਆਂ ਗਈਆਂ ਸੀ ਸਟੀਵਨਸਨ 오ਰੈਂਜ ਇਲਾਕੇ ਦੇ ਵਿੱਚ ਲਾਸ ਐਂਜਲਸ ਦੇ ਸ਼ਹਿਰ ਦੇ ਵਿੱਚ ਐਗਰੀਕਲਚਰ ਅਧਿਕਾਰੀ ਜਿਹੜੇ ਆ ਉਹ ਕਹਿੰਦੇ ਵੀ ਇਹ ਪਲਾਨ ਕਰ ਰਹੇ ਆ ਵੀ 2 ਮਿਲੀਅਨ ਸਟਰਾਈਲ ਮੇਲ ਮੈਡੀਟੇਰੇਨੀਅਨ ਫਰੂਟ ਫਲਾਈਜ਼ ਨੂੰ ਉਹ ਖੁਦ ਛੱਡਣਗੇ ਜਿਹੜੇ ਆ ਉਹ ਡ੍ਰੌਪ ਓਵਰ ਕਰਨਗੇ 69 ਸਕੁਅਰ ਮਾਈਲ ਏਰੀਆ ਦੇ ਜਿਹੜੇ ਰੇਡੀਅਸ ਦੇ ਵਿੱਚ ਜਿੱਥੇ-ਜਿੱਥੇ ਇਹ ਹੁੰਦੀਆਂ ਆ ਸੋ ਉਹਨਾਂ ਨੇ ਕਿਹਾ ਵੀ ਜਿਹੜੇ ਇਲਾਕੇ ਨੂੰ ਕੁਆਰੰਟਾਈਨ ਹੁਣ ਕੀਤਾ ਗਿਆ ਆ ਉਥੋਂ ਕੋਈ ਵੀ ਸਬਜ਼ੀ ਫਲ ਫਰੂਟ ਜਾਂ ਗ੍ਰੀਨ ਵੇਸਟ ਵੀ ਨਾ ਅੰਦਰ ਆਵੇ ਉਥੋਂ ਤੇ ਨਾਮ ਹੁੱਥੋਂ ਬਾਹਰ ਨੋ ਜਾਵੇ ਸੋ ਸਥਿਤੀ ਇਦਾਂ ਨਹੀਂ ਬਣੀ ਪਈ ਆ ਕੁਝ ਸਮਾਂ ਪਹਿਲਾਂ ਮਡੇਰੇ ਤੋਂ ਵੀ ਇਦਾਂ ਦੀ ਖਬਰ ਆਈ ਸੀ ਆਪਣੇ ਅਪਡੇਟ ਫਾਰਮਿੰਗ ਦੇ ਦੌਰਾਨ ਜਸਬੀਰ ਸਿੱਧੂ ਭਾਜੀ ਹੁਣਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਇੱਥੇ ਵੀ ਬਦਾਮਾਂ ਨੂੰ ਇੱਕ ਅਜੇਹੀ ਕੋਈ ਫਲਾਈ ਜਾਂ ਅਜੇਹੀ ਕੋਈ ਬਿਮਾਰੀ ਜਿਹੜੀ ਲੱਗੀ ਆ ਜਿਹੜੀ ਦਿਸਦੀ ਹੋਈ ਨਹੀਂ ਆ ਉਹ ਵੀ ਬਾਹਰੋਂ ਆਈ ਜਿਹੜੀ ਉਹ ਲੱਗਦੀ ਆ ਸੋ ਇਹ ਹੁਣ ਸਥਿਤੀ ਕੈਲੀਫੋਰਨੀਆ ਦੇ ਐਗਰੀਕਲਚਰ ਦੇ ਉੱਤੇ ਭਾਰੀ ਪੈ ਸਕਦੀ ਆ ਤੇ ਇਹ ਜਿਹੜੀਆਂ ਫਰੂਟ ਫਲਾਈਜ਼ ਕਹਿੰਦੇ ਡਿਸਕ੍ਰਿਮੀਨੇਟ ਨਹੀਂ ਕਰਦੀਆਂ ਜੋ ਕੁਝ ਵੀ ਉਹਨਾਂ ਦੇ ਰਾਹ ਚ ਆਉਂਦਾ ਚਾਹੇ ਉਹ ਕਮਰਸ਼ੀਅਲ ਐਗਰੀਕਲਚਰ ਆ ਕਿਹਦਾ ਘਰੇਲੂ ਬਗੀਚਾ ਆ ਚਾਹੇ ਉਹ ਗਰੋਸਰੀ ਸਟੋਰ ਆ ਫਾਰਮਰ ਮਾਰਕੀਟ ਆ ਸਭ ਕੁਝ ਦੇ ਉੱਤੇ ਇਹ ਅਸਰ ਪਾਉਣ ਗਿਆ।